ਆਉਂਦਨ ਘਾਟਾ ਤੇ ਇਹਨਾਂ ਦਾ ਫਾਇਦਾ ਆ ਵੀ ਸੁੱਕੇ ਗਿੱਲੇ ਸਾਰੇ ਬਹਿੰਦੇ ਨੇ ਪਾਣੀ 'ਚ ਲੇੜ ਲੈਂਦੇ ਨੇ ਇਹ ਤਾਂ ਇਸ ਕਰਕੇ ਪਾਏ ਨੇ। ਯਾਨੀ ਅਸਲਾਮੁਅਲੈਕੁਮ ਬਾਬਾ ਜੀ, ਇੱਕ ਦਰਖਵਾਸਤ ਹੈ, ਥੋੜ੍ਹਾ ਜਿਹਾ ਉੱਚੀ ਬੋਲਿਓ। ਹਾਂਜੀ ਬਾਬਾ ਜੀ, ਕੀ ਨਾਮ ਹੈ ਆਪਣਾ? ਮਾਸ਼ਾਅੱਲਾ ਮੁਹੰਮਦ ਅਸ਼ਰਫ। ਮੁਹੰਮਦ ਅਸ਼ਰਫ, ਬਾਬਾ ਜੀ ਸਾਨੂੰ ਇਹ ਦੱਸੋ ਕਿ ਤੁਹਾਡਾ ਕੱਟਿਆਂ ਦਾ ਕਿੰਨੀ ਦੇਰ ਦਾ ਤਜਰਬਾ, ਕਿੰਨੀ ਦੇਰ ਤੋਂ ਕੱਟੇ ਰੱਖ ਰਹੇ ਹੋ? ਅਸੀਂ ਬੱਚੇ ਰੱਖਦੇ ਹਾਂ ਪਹਿਲੇ। ਅੱਛਾ, ਅਤੇ ਉਹ ਰੱਖੇ ਨੇ 5-6 ਸਾਲ, ਅਤੇ ਉਹਨਾਂ ਦੇ ਵਿੱਚ ਹੀ ਤਿਆ ਕੇ ਕੁਝ ਨਰਮ ਪੈਂਦੇ ਹਨ ਅਤੇ ਸੇਵਾ ਉਹਨਾਂ ਦੀ ਜ਼ਿਆਦਾ ਸੀ। ਅੱਛਾ, ਅਤੇ ਇਹਨਾਂ ਨੂੰ ਵੀ ਖੁਰਾਕ ਪਾਈਦੀ ਆ, ਇਹਨਾਂ ਨੂੰ ਹੁਣ ਵੇਖਾਂਗੇ ਵੀ ਕੀ ਅੰਟ 'ਤੇ ਆ ਕੇ ਕਰਦੇ ਨੇ। ਯਾਨੀ ਤੁਹਾਨੂੰ ਕਿਸੇ ਨੇ ਮਸ਼ਵਰਾ ਦਿੱਤਾ ਕਿ ਆਪੇ ਹੀ ਤੁਸੀਂ ਸਮਝਾਏ? ਮਸ਼ਵਰੇ ਨਾਲ ਹੀ ਪਾਏ ਨਾ, ਇਸ ਕਰਕੇ ਵੀ ਕੋਈ ਲੋਕ ਸਾਡੇ ਆਲੇ ਦੁਆਲੇ ਪਿੰਡਾਂ 'ਚ ਪਾਉਂਦੇ ਨੇ। ਅੱਛਾ ਅੱਛਾ, ਅਸਾਂ ਦੇ ਨਾਲ ਵੇਖ ਕੇ ਪਾ ਲੈਣਾ ਵੀ ਇਹਨਾਂ 'ਚ ਕੋਈ ਫਾਇਦਾ ਹੈ। ਠੀਕ ਹੋ ਗਿਆ, ਤੇ ਗਵਰਨਮੈਂਟ ਨੇ ਵੀ ਕਿਹਾ ਸੀ ਮੈਂ ਮਦਦ ਕਰਾਂਗੇ ਤੇ ਫਿਰ ਅੱਗੋਂ ਬਾਅਦ 'ਚ। ਠੀਕ ਹੋ ਗਿਆ, ਸਾਡੇ ਨਾਲ ਇਹਨਾਂ ਨੂੰ ਹੋ ਗਿਆ, ਸਾਨੂੰ ਕੋਈ 2 ਮਹੀਨੇ ਲੈ ਦਿਆਂ, ਤੇ 2 ਮਹੀਨਿਆਂ ਤੋਂ ਬਾਅਦ ਇਹਨਾਂ ਨੂੰ ਹੋਰ ਕੋਈ ਮਹੀਨਾ ਡੇਢ ਕੁ ਰੱਖਣੇ, ਸਾਡੇ ਕੋਲ 3 ਮਹੀਨੇ ਰੱਖ ਜਾਂ ਵੇਚ ਦੇਣੇ। ਠੀਕ ਹੋ ਗਿਆ। ਅੱਛਾ ਸਾਨੂੰ ਅੰਕਲ ਜੀ ਇਹ ਦੱਸੋ ਕਿ ਤੁਹਾਡੇ ਕੋਲ ਇਸ ਟਾਈਮ ਮਾਸ਼ਾਅੱਲਾ ਕਿੰਨੇ ਘੱਟੇ ਮੌਜੂਦ ਨੇ? ਸਾਡੇ ਇਸ ਵੇਲੇ ਕੋਲ ਘੱਟੇ ਹਨ 27-28। 27-28 ਘੱਟੇ ਨੇ ਮਾਸ਼ਾਅੱਲਾ। ਇਹ ਸਾਨੂੰ ਦੱਸ ਸਕਦੇ ਹੋ ਕਿ ਕਿਹੜੀ ਨਸਲ ਦੇ ਘੱਟੇ ਨੇ? ਘੱਟੇ ਚੰਗੀ ਨਸਲ ਦੇ ਪਾ ਦੇਣਾ, ਹਾਂ 1 ਨੰਬਰ ਘੱਟੇ ਪਾ ਦੇਣੇ, ਸਭ ਤੋਂ ਚੰਗੇ। ਸਭ ਤੋਂ ਚੰਗਾ ਕਿਹੜੀ ਨਸਲ ਆ ਘੱਟੇ ਦੀ? ਘੱਟੇ ਦੀ ਜੂਝ ਸਾਡੀਆਂ ਨੇ ਜਿਹੜੀ ਇੱਧਰ ਦੀ, ਸਾਡੀ ਸਿਆਲਕੋਟ ਦੀ, ਸ਼ਕਰਗੜ ਦੀ ਜਾਂ ਪਸੋੜ ਦੀ, ਇਹ ਸਭ ਤੋਂ ਜੂ ਚੰਗੀ ਆ। ਜਿਹੜਾ ਲਾਹੌਰ ਦਾ ਘੱਟਾ ਉਹ ਨਹੀਂ ਵਫਾ ਕਰਦਾ ਇੱਧਰ ਆ ਕੇ। ਠੀਕ ਹੋ ਗਿਆ, ਸਮਝਦੇ ਹੋ? ਠੀਕ ਹੋ ਗਿਆ। ਹਾਂਜੀ। ਅੱਛਾ ਅੰਕਲ ਜੀ ਸਾਨੂੰ ਇਹ ਦੱਸੋ ਕਿ ਤੁਸੀਂ ਜਦੋਂ ਘੱਟਾ ਖਰੀਦਦੇ ਹੋ ਤੇ ਘੱਟੇ ਦੇ ਵਿੱਚ ਕੀ ਚੀਜ਼ ਦੇਖਦੇ ਹੋ, ਜਾਂ ਕਿਸ ਉਮਰ 'ਚ ਖਰੀਦਦੇ ਹੋ? ਉਸ ਉਮਰ 'ਚ ਅਸੀਂ ਬੱਚਾ ਹੀ ਖਰੀਦਦੇ ਹਾਂ, ਖੀਰਾ ਹੀ। ਅੱਛਾ, ਖੀਰੇ ਨੂੰ ਤਾਂ ਬਾਅਦ 'ਚ ਫਿਰ ਉਹ ਸੇਵਾ ਨਾਲ ਚੰਗਾ ਹੋ ਜਾਂਦਾ। ਉਹ ਆਪਣਾ ਸਾਨੂੰ ਜੂ ਆਪਣੀ ਦਾ ਪਤਾ ਵੀ ਚੰਗੀ ਨਸਲ ਦੇ ਘੱਟੇ ਨੇ। ਅੱਛਾ ਸਾਨੂੰ ਇਹ ਦੱਸੋ ਕਿ ਜਦੋਂ ਘੱਟਾ ਖਰੀਦਦੇ ਹੋ ਤੇ ਉਹਦਾ ਵਜ਼ਨ ਕਿੰਨਾ ਕੁ ਹੋਣਾ ਚਾਹੀਦਾ, ਕੀ ਦੇਖਣਾ ਚਾਹੀਦਾ? ਉਹਦਾ ਇਹ ਵੇਖਨੇ ਆ ਘੱਟ ਤੋਂ ਘੱਟ ਵੀ ਮਨ ਸਭਾ ਵਜ਼ਨ ਹੋਏ ਤੇ ਘੱਟਾ ਖਰੀਦਨੇ। ਮਨ ਸਭਾ ਵਜ਼ਨ ਹੋਏ ਤੇ ਫਿਰ ਘੱਟਾ ਖਰੀਦਦੇ ਹੋ? ਉਹਨੂੰ ਛੋਟਾ ਜਿਹੜਾ ਖਰੀਦੇ ਨਾ ਵਫਾ ਨਹੀਂ ਕਰਦਾ। ਠੀਕ ਹੋ ਗਿਆ, ਯਾਨੀ ਬਿਮਾਰ ਹੋ ਜਾਂਦਾ? ਬਿਮਾਰ ਹੋ ਜਾਂਦਾ ਜਾਂ ਉਹ ਰਹਿ ਜਾਂਦਾ, ਦੁੱਧ ਪੀਂਦੇ ਨੇ ਇਸ ਤੋਂ ਪਹਿਲਾਂ ਜਿਹੜੇ ਘੱਟੇ ਨੇ, ਇਸ ਤੋਂ ਵੱਧ 1 ਸਾਲ ਤੋਂ ਬਾਅਦ ਜਿਹੜੇ ਨਹੀਂ ਘੱਟੇ, 1.5 ਸਾਲ ਦੇ 1.5 ਸਾਲ ਦਾ ਘੱਟਾ ਖਰੀਦੇ। ਯਾਨੀ ਛੋਟਾ ਘੱਟਾ ਇੱਥੋਂ ਨਹੀਂ ਖਰੀਦਦੇ, ਕੋਈ ਦੁੱਧ ਪੀਣ ਵਾਲਾ ਹੁੰਦਾ ਉਹ ਵਿਚਾਰਾ ਉਹ ਰਹਿ ਜਾਂਦਾ, ਓਏ ਖੁਰਾਕ ਜਿਹੜੀ ਆ ਨਹੀਂ ਪਚਾ ਸਕਦਾ। ਸਿਆਣਾ ਜਾਨਵਰ ਹੋਏ ਥੋੜ੍ਹਾ ਜਿਹਾ ਅਤੇ ਉਹ ਚੰਗਾ ਘੱਟਾ ਜਿਹੜਾ ਉਹ ਜਿਹੜੀ ਪਾਉਂਦੇ ਹਾਂ ਖੁਰਾਕ, ਇਹ ਪਚਾ ਲੈਂਦਾ। ਅੱਛਾ ਅੱਛਾ, ਉਹ ਦੁੱਧ ਜਿਹੜੇ ਨੇ ਉਹ ਨਹੀਂ ਪਚਾਉਂਦੇ। ਸਹੀ ਹੋ ਗਿਆ। ਅੱਛਾ ਸਾਨੂੰ ਇਹ ਦੱਸਿਓ ਜ਼ਰਾ ਇਹਨਾਂ ਦੀ ਖੁਰਾਕ ਦੀ ਰੂਟੀਨ ਤੁਸੀਂ ਕੀ ਰੱਖੀ ਦੀ ਆ, ਕਿੰਨੇ ਵਾਰੀ? ਪਹਿਲੇ ਤਾਂ ਅਸੀਂ ਪਾਏ ਕੋਈ 1/2 ਕਿਲੋ, ਅਤੇ ਹੁਣ ਅਸੀਂ 1 ਕਿਲੋ ਪਾਉਂਦੇ ਤੇ ਫਿਰ ਇਹਨਾਂ 2 ਕਿਲੋ ਪਾ ਦੇਣੀ ਹੈ। ਕਿੰਨੀ ਜਗ੍ਹਾ ਤੇ ਡੇਰਾ ਹੋਣਾ ਚਾਹੀਦਾ ਬੰਦੇ ਦਾ? ਇਹਨਾਂ ਦਾ ਘੱਟ ਤੋਂ ਘੱਟ ਵੀ ਕੋਈ ਕਨਾਲ ਹੋਣਾ ਚਾਹੀਦਾ, 15-20 ਮਰਲੇ ਤੋਂ ਘੱਟ ਨਹੀਂ ਹੋਣਾ ਚਾਹੀਦਾ ਵਿਹੜੇ, ਤੇ ਬਾਹਰ ਵੀ ਅਸੀਂ ਖੜਨੇ ਆ ਜਦੋਂ ਬਾਂਦੀ ਬਾਹਰ ਅਸੀਂ ਬਾਹਰ ਵੀ ਚਾਰਨੇ ਜ਼ਰੂਰ, ਪੱਠਾ ਬੜਾ ਹੁੰਦਾ ਸਾਡੇ। ਠੀਕ ਹੋ ਗਿਆ, ਬਾਹਰ ਫਿਰ ਤੁਰ ਕੇ ਆਉਂਦੇ ਨੇ, ਪਾਣੀ ਪੀਂਦੇ ਨੇ ਤੇ ਖੁਸ਼ ਰਹਿੰਦੇ ਨੇ ਪਾਣੀ ਦੇ ਵਿੱਚ। ਠੀਕ ਹੋ ਗਿਆ। ਸਾਨੂੰ ਇਹ ਦੱਸੋ ਕਿ ਜਿਹੜਾ ਤੁਸੀਂ ਸ਼ੈੱਡ ਇਹਨਾਂ ਦਾ ਬਣਾਇਆ ਦਾ, ਬਰਾਮਦਾ ਬਣਾਇਆ ਦਾ, ਹਾਂਜੀ, ਇਹ ਕਿੰਨੀ ਜਗ੍ਹਾ ਤੇ ਹੈ? ਇਹ ਹੋਣਾ ਕੋਈ 10 ਮਰਲੇ ਆ ਕੇ। 10 ਮਰਲੇ? ਹਾਂਜੀ। ਅੱਛਾ ਸਾਨੂੰ ਇਹ ਦੱਸ ਸਕਦੇ ਹੋ ਅੰਕਲ ਜੀ ਕਿ 10 ਮਰਲਿਆਂ ਤੇ ਇਹ ਫਾਰਮ ਬਣਾਉਣ ਦਾ ਕਿੰਨਾ ਖਰਚਾ ਆ ਜਾਂਦਾ ਤਕਰੀਬਨ? ਇਹਦੇ 'ਚ ਆ ਜਾਂਦਾ ਕੋਈ 3 ਲੱਖ ਰੁਪਈਆ। 3 ਲੱਖ ਰੁਪਈਆ? ਠੀਕ ਹੋ ਗਿਆ। ਜਗ੍ਹਾ ਆਪਣੀ ਹੋਏ ਤੇ, ਹਾਂ ਜਗ੍ਹਾ ਮੁੱਲ ਜੇ ਫਿਰ ਬਹੁਤ ਬੇਵਾ ਹੁੰਦਾ। ਸਾਨੂੰ ਇਹ ਦੱਸੋ ਬਜ਼ੁਰਗੋ, ਹਾਂਜੀ, ਕਿ ਆਪਣਾ ਤੁਹਾਨੂੰ ਜਦੋਂ ਕੱਟਿਆਂ ਦਾ ਤੁਸੀਂ ਫਾਰਮ ਬਣਾਇਆ ਸੀ, ਇਹਨੂੰ ਰਜਿਸਟਰਡ ਕਰਵਾ ਕੇ ਬਣਾਇਆ ਸੀ ਕਿ ਬਾਅਦ 'ਚ ਰਜਿਸਟਰਡ ਕਰਵਾਇਆ? ਬਾਅਦ 'ਚ ਬਣਿਆ, ਪਹਿਲਾਂ ਨਹੀਂ ਬਣੇ, ਬਾਅਦ 'ਚ ਰਜਿਸਟਰਡ ਕਰਵਾਇਆ ਨਾ? ਹਾਂਜੀ। ਇਹਨੂੰ ਸਾਨੂੰ ਇਹ ਦੱਸ ਛੱਡੋ, ਇਹਦਾ ਰਜਿਸਟਰ ਕਰਵਾਉਣ ਦਾ ਤਰੀਕਾ ਕੀ ਹੈ? ਤਰੀਕਾ ਹੈ ਭਾਈ, ਲੈਵੀਏ ਕੱਟੇ ਤੇ ਉਹ ਫਿਰ ਆਉਂਦੇ ਨੇ ਮਹਿਕਮੇ ਵਾਲੇ ਤੇ ਗਵਰਨਮੈਂਟ ਦੇ ਬੰਦੇ ਤੇ ਉਹ ਫਿਰ ਬਣਾਉਂਦੇ ਨੇ ਆ ਕੇ। ਅੱਛਾ, ਹਾਂਜੀ। ਕੋਈ ਪੈਸੇ ਲੱਗਦੇ ਨੇ ਕਿ ਜਾਂ ਫਿਰ? ਨਹੀਂ, ਉਹ ਹਾਂਜੀ ਬਣਾ ਕੇ ਤੁਰ ਦਿੰਦੇ ਨੇ, ਉਹਨਾਂ ਦੀ ਹਿਫਾਜ਼ਤ ਆ, ਟੀਕੇ ਵੀ ਉਹ ਲਾਉਂਦੇ ਨੇ ਤੇ ਦਵਾਈ ਵੀ ਉਹ ਦਿੰਦੇ ਨੇ ਤੇ ਪੈਸੇ ਵੀ ਦਿੰਦੇ ਨੇ। ਅੱਛਾ, ਕਿੰਨੀ ਦੇਰ ਤੋਂ ਬਾਅਦ ਇਹਨਾਂ ਦੀ ਚੈੱਕਅਪ ਕਰਨ ਆਉਂਦੇ ਨੇ ਕੱਟਿਆਂ ਦਾ? ਉਹ ਕੋਈ 1.5 ਮਹੀਨੇ ਤੋਂ ਬਾਅਦ। 1.5 ਮਹੀਨੇ ਤੋਂ ਬਾਅਦ ਚੈੱਕਅਪ ਕਰਨ ਆ ਜਾਂਦੇ? ਠੀਕ ਹੋ ਗਿਆ, ਜਦੋਂ ਕੱਟੇ ਪੂਰੇ ਕਰ ਲਏ ਉਹਨੂੰ ਪਤਾ ਲੱਗ ਜਾਏ, ਦਵਾ ਦਈਏ ਦਵਾ ਦਿੰਦੇ। ਯਾਨੀ ਤੁਹਾਡਾ ਖੁਰਾਕ ਤੋਂ ਇਲਾਵਾ ਕੋਈ ਖਰਚਾ ਨਹੀਂ ਕੱਟਿਆਂ ਦਾ? ਨਹੀਂ ਨਹੀਂ, ਦਵਾਈ ਸ਼ਵਾਈ ਮੁਕੰਮਲ ਹੋਣਾ ਉਹਨਾਂ ਨੇ ਦੇਣੀ ਹੈ। ਠੀਕ ਹੋ ਗਿਆ। ਉਂਝ ਕੋਈ ਕੱਟਾ ਬਿਮਾਰ ਹੋ ਜਾਂਦਾ? ਬਿਮਾਰ ਹੋ ਜਾਂਦਾ ਤੇ ਉਹ ਹਰ ਜ਼ਿਆਦਾ ਦੇਖਦੇ ਤਾਂ ਉਹ ਆਉਂਦੇ ਨੇ, ਟੀਕਾ ਲਾਉਂਦੇ ਨੇ, ਉਹਨਾਂ ਨੂੰ ਫੋਨ ਕਰ ਦਿੰਦੇ, ਫੋਨ ਕਰ ਦਵਾ ਦਿੰਦੇ ਨੇ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਉਦੋਂ ਆ ਕੇ ਪੈਸਾ ਤੁਹਾਡੇ ਕੋਲ ਕੋਈ ਵਸੂਲ ਨਹੀਂ? ਨਹੀਂ ਨਹੀਂ, ਉਹਨਾਂ ਨਹੀਂ ਕਰਿਆ। ਠੀਕ, ਬਿਲਕੁਲ ਨਹੀਂ ਕਰਿਆ। ਠੀਕ ਹੋ ਗਿਆ। ਅੱਛਾ, ਰਜਿਸਟ੍ਰੇਸ਼ਨ ਦੇ ਤੁਹਾਡੇ ਮੁਤਾਬਕ ਪੈਸਾ ਵੀ ਕੋਈ ਨਹੀਂ ਲੱਗਦਾ ਤੇ ਉਹ ਪੈਸੇ ਵੀ ਦੇ ਕੇ ਜਾਂਦੇ ਨੇ? ਉਸ ਤੋਂ ਬਾਅਦ ਅਸੀਂ ਸੁਣਿਆ ਕਿ ਗਵਰਨਮੈਂਟ ਇਹਨਾਂ ਦੀ ਸਬਸਿਡੀ ਦਿੰਦੀ ਹੈ, ਉਹ ਕਿੰਨੀ ਦਿੰਦੀ ਹੈ ਸਾਨੂੰ ਇਹ ਦੱਸ ਛੱਡਿਓ। ਉਹ ਕੱਟੇ ਦਾ ਦਿੰਦੇ ਹਨ 6500 ਰੁਪਈਆ ਤੇ ਹੁਣ ਘੱਟ ਕੇ ਇਹਨਾਂ ਨੂੰ ਨਹੀਂ ਦਿੰਦੇ ਪੂਰੇ ਪੇ ਪੈਸੇ। ਅੱਛਾ, ਹੁਣ ਕਿੰਨੇ ਰੁਪਏ ਦੇ ਰਹੇ ਨੇ ਭਲਾ? ਹੁਣ ਇਸ ਵੇਲੇ ਉਹਨਾਂ ਕੋਲ ਥੋੜੇ ਕੱਟਿਆਂ ਨੇ, ਸਾਨੂੰ ਚੰਦ ਕੱਟਿਆਂ ਨੇ ਦਿੱਤੇ ਨੇ, ਬਾਕੀ ਦੇਣੇ ਨੇ ਜੇ ਦਿੱਤੇ ਨਹੀਂ। ਅੱਛਾ, ਤੁਹਾਡੇ ਸਾਰੇ ਕੱਟੇ
ਘੱਟ ਦੱਸ ਨੇ ਵੀ ਇਸ ਕਰਕੇ ਫਾਰਮ ਜ਼ਿਆਦਾ ਹੋ ਗਏ ਨੇ ਗੌਰਮੈਂਟਾਂ ਦੀਆਂ ਬਣੇ ਨਾ ਪੈਸਾ ਸਾਡੇ ਕੋਲ ਨਹੀਂ ਤੇ ਬਹੁਤਾ ਫਾਰਮ ਹੋ ਗਿਆ ਸਰ ਤਹਿਸੀਲ ਦੇ ਵਿੱਚ ਤਹਿਸੀਲ ਦੇ ਹਿਸਾਬ ਨਾਲ ਆਪ ਦੇਣੇ ਨੇ। ਅੱਛਾ ਸਾਨੂੰ ਇਹ ਦੱਸੋ ਕਿ ਜਿਹੜੇ ਕਟਿਆਂ ਦੇ ਜੋ ਫਾਰਮ ਰਜਿਸਟਰ ਕਰਦੇ ਨੇ ਤੇ ਉਦੋਂ ਆਉਂਦੇ ਨੇ ਕੋਈ ਜਗ੍ਹਾ ਸ਼ਗਾ ਦੇਖਦੇ ਨੇ ਕਿ ਐਂਜੀ ਬਸ ਨਹੀਂ ਉਹ ਜਗ੍ਹਾ ਅਸੀਂ ਬਣਾਉਂਦੇ ਹਾਂ ਤੇ ਬਾਅਦ ਆ ਕੇ ਚੈੱਕ ਕਰਦੇ ਨੇ ਬਾਹਰ ਕੋਈ ਦੋ ਚਾਰ ਕਿੱਲੇ ਚਾਰ ਕਿੱਲੇ ਪੈਲੀ ਹੁੰਦੀ ਹੈ ਪੰਜ ਚਾਰ ਕਿੱਲੇ ਪੈਲੀ ਹੋਏ ਤੇ ਗੁਜ਼ਾਰਾ ਹੋ ਜਾਂਦਾ ਕਿੱਟਿਆਂ ਦਾ। ਤੁਹਾਡੀ ਆਪਣੀ ਜ਼ਮੀਨ ਹੈ ਕਿ ਠੇਕੇ ਤੇ ਲੈ ਕੇ? ਨਹੀਂ ਨਹੀਂ ਅਸਾਂ ਆਪਣੀ ਹੈ। ਆਪਣੀ ਹੈ, ਕਿੰਨੀ ਜ਼ਮੀਨ ਹੈ? ਮਾਸ਼ਾਅੱਲਾ ਸਾਡੇ ਕੋਲ 7-8 ਕਿੱਲੇ ਦਾ ਤੇ 7-8 ਕਿੱਲਿਆਂ ਦੇ ਵਿੱਚ ਪੱਠੇ ਰਾਜ ਦੇ ਰਹਿਣਾ ਤੇ ਪੱਠੇ ਵੀ ਰਾਜ ਨੇ ਕਣਕ ਵੀ ਰਾਜ ਦੀ ਆ ਵਿੱਚ ਕੋ ਪੱਠੇ ਵੀ ਇਹਨਾਂ ਨੂੰ ਵੱਢ ਕੇ ਪਾ ਦੇਣੇ ਜੋ ਲੱਭੇ ਪਹਾੜੇ ਵੱਢ ਕੇ ਕਣਕ ਲੱਭੇ ਕਮਾਦ ਪਰਾਲੀ। ਵੈਸੇ ਤੁਹਾਡੇ ਤੂੜੀ ਸਾਡੇ ਕੋਲ ਬੇਵਾ ਤੂੜੀ ਕਣਕ ਦੀ ਹੁੰਦੀ ਹੈ ਨਾ ਤੇ ਉਹ ਕਣਕ ਦੀ ਅਸੀਂ ਤੂੜੀ ਰੱਖ ਕੇ ਰੱਖਦੇ ਹਾਂ ਤੇ ਸਿਆਲ ਤਾਂ ਕੱਟੇ ਪਾਉਂਦੇ। ਸਹੀ ਹੋ ਗਿਆ। ਵੈਸੇ ਤੁਹਾਡੇ ਖਿਆਲ ਦੇ ਮੁਤਾਬਕ ਕਿਹੜੀ ਖੁਰਾਕ ਇਹਨਾਂ ਦਾ ਜ਼ਿਆਦਾ ਵਜ਼ਨ ਵਧਾਉਂਦੀ ਹੈ? ਵਜ਼ਨ ਜਿਹੜੀਆਂ ਨੇ ਇੱਕ ਤਾਂ ਚੂਚਿਆਂ ਵਾਲੀਆਂ ਤਾਂ ਉਹ ਅਸੀਂ ਨਹੀਂ ਪਾਉਂਦੇ ਇਸ ਕਰਕੇ ਪਾਈ ਆ ਦੋ ਹੀ ਗੁੱਲੀ ਵਾਲਾ ਵੰਡਾ ਪਾਉਂਦੇ ਹਾਂ। ਚੂਚਿਆਂ ਵਾਲੀ ਫੀਡ ਜਿਹੜੀ ਹੁੰਦੀ ਹੈ ਫੀਡ ਆ ਉਹ ਅਸੀਂ ਘੱਟ ਪਾਈ ਜਾਂਦੇ ਨਹੀਂ ਪਾਈ। ਅੱਛਾ ਪੱਠੇ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਕੀ ਇਸਤੇਮਾਲ ਕਰਦੇ? ਜ਼ਿਆਦਾ ਇਹੋ ਹੀ ਪਾਉਂਦੇ ਹਾਂ ਜਾ ਕੇ ਜਿਹੜੀਆਂ ਗੁੱਲੀ ਵਾਲਾ ਵੰਡਾ ਤੇ ਜਾਂਚੋ। ਅੱਛਾ ਅੰਕਲ ਜੀ ਸਾਨੂੰ ਇਹ ਦੱਸੋ ਕਿ ਜਦੋਂ ਤੁਸੀਂ ਕੱਟੇ ਖਰੀਦੇ ਹਨ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਕਿੰਨਾ ਵਜ਼ਨ ਜਿਹੜਾ ਵਧਾੜਿਆ? ਵਜ਼ਨ ਹੁਣ ਇਹਨਾਂ ਨੂੰ ਉਦੋਂ ਮਾਣ ਮੰਨਦੇ ਹੁਣ ਕੋਈ ਇਹਨਾਂ ਨੇ 20 ਕਿਲੋ ਦਾ 15-15 ਕਿਲੋ ਵੱਧ ਗਿਆ। ਕਿੰਨੀ ਦੇਰ 'ਚ ਵਧਿਆ? ਇਹ ਕੋਈ 1.5 ਮਹੀਨਾ ਹੋ ਗਿਆ ਇਹਨਾਂ ਨੂੰ। ਅੱਛਾ ਇੱਕ ਕੱਟਾ ਜਿਹੜਾ ਉਹਦੇ 'ਤੇ ਤਕਰੀਬਨ ਇੱਕ ਦਿਨ ਦਾ ਖਰਚਾ ਕਿੰਨਾ ਕੁ ਆ ਜਾਂਦਾ? ਉਹਨਾਂ ਨੇ ਇੱਕ ਦਿਨ ਦਾ ਖਰਚਾ 2-2.5 ਆ ਜਾਂਦਾ। 2-2.5 ਤੇ ਕੀ 2-2.5 ਜਿੰਨਾ ਉਹ ਵਜ਼ਨ ਆਪਣੇ ਇੱਕ ਦਿਨ ਦਾ ਵਧਾ ਹੜਦਾ? ਹਕੂਮਤ ਨੂੰ ਜਾਂ ਬਾਹਰ ਸਾਡੇ ਮੁਲਕ ਦੇ ਵਿੱਚ ਗੋਸ਼ਤ ਜਿਹੜਾ ਬਹੁਤਾ ਹੋਏ ਤੇ ਲੋਕ ਪਾਲਣ ਤੇ ਗੋਸ਼ਤ ਕਮਾਏ ਰਿਆਤ ਬਈ ਉਹਦੇ ਇਸ ਕਰਕੇ ਕਰਦੇ ਨੇ। ਕੀ ਸਮਝਦੇ ਹੋ ਕਿ ਕੱਟੇ ਅਗਰ ਰੱਖਣੇ ਚਾਹੀਏ ਰੱਖੇ ਜਾਣ ਤੇ ਰਜਿਸਟਰਡ ਕਰਾਉਣਾ ਜ਼ਰੂਰੀ ਹੈ ਕਿ ਨਾ ਵੀ ਕਰਵਾਇਆ ਜਾਵੇ? ਨਾ ਵੀ ਕਰਵਾਇਆ ਤੇ ਕੋਈ ਗੱਲ ਨਹੀਂ, ਠੀਕ ਹੋ ਗਿਆ, ਉਹ ਆਪਣੀ ਮਰਜ਼ੀ ਆ। ਯਾਨੀ ਤੁਹਾਡੇ ਖਿਆਲ ਦੇ ਮੁਤਾਬਕ ਫਾਇਦਾ ਹੋ ਜਾਂਦਾ? ਹਾਂ ਦੂਣਾ ਹੋ ਜਾਂਦਾ ਨਾ, 20,000 ਦਾ ਕੱਟਾ ਲਈਏ ਉਹ 40,000 ਦਾ ਵਿਕਦੇ ਉਹਦਾ ਫਾਇਦਾ ਖਰਚਾ ਸਾਡਾ ਆਪਣਾ ਘਰ ਦਾ ਹੋਣਾ ਤੇ ਜੇ ਗਵਰਨਮੈਂਟ ਦੇਖ ਜੋ ਵੀ ਉਹਨਾਂ ਦੀ ਮਿਹਰਬਾਨੀ ਉਹ ਤਾਂ ਹੀ ਦਿੰਦੇ ਨੇ ਵੀ ਕੋਈ ਖੁਰਾਕ ਚੰਗੀ ਪਾਓ ਤੇ ਇਹਦਾ ਵਾਸਤੇ ਆ ਕੰਮ ਹੋ ਜਾਵੇ ਤੇ ਸਹੂਲਤ ਹੋ ਜਾਵੇ ਮਤਲਬ ਸਾਡੇ ਮੁਲਕ 'ਚ ਵੀ ਗੋਸ਼ਤ ਰਿਆਤ ਹੋ ਜਾਵੇ। ਕੱਟੇ ਜਿਹੜੇ ਨੇ ਇਹਨਾਂ ਨੂੰ ਕਿੰਨਾ ਦਿਨਾਂ ਦੇ ਵਿੱਚ ਰੱਖਣਾ ਚਾਹੀਦਾ? ਇਹਨਾਂ ਤੋਂ 9 ਮਹੀਨੇ ਤੋਂ ਲੈ ਕੇ ਹਾਂਜੀ ਤੇ ਦੂਸਰੇ ਮਹੀਨੇ ਤੜੀ ਕੀ ਚੋਕਰ ਪਾਓ ਖਲ ਪਾਓ ਵੰਡਾ ਇਹ ਵੰਡਾ ਨੀ ਪਾਉਣਾ ਉਹਨਾਂ ਨੂੰ ਖਲ ਪਾਓ ਚੋਕਰ ਪਾਓ ਕਣਕ ਤਲਕ ਪਾਓ। ਅੱਛਾ ਸਾਨੂੰ ਇਹ ਦੱਸੋ ਤੁਸੀਂ ਬੱਚੇ ਵੀ ਰੱਖੇ ਨੇ? ਹਾਂਜੀ। ਤੁਹਾਨੂੰ ਬੱਚਿਆਂ ਦੀ ਫਾਰਮਿੰਗ ਸਾਨ ਲੱਗੀ ਕਿ ਕੱਟਿਆਂ ਦੀ? ਉਹਨਾਂ ਦਾ ਇਹਨਾਂ ਦਾ ਭਾਈ ਉਹ ਖੇਚਲ ਬਹੁਤੀ ਆ ਆਮਦਨ ਘੱਟ ਆ ਤੇ ਉਹਨਾਂ ਦਾ ਫਾਇਦਾ ਇਹ ਆ ਵੀ ਸੁੱਕੇ ਕਿੱਲੇ ਸਾਰੇ ਬਹਿ ਜਾਂਦੇ ਨੇ ਪਾਣੀ 'ਚ ਲੇੜ ਲੈਂਦੇ ਨੇ ਇਹ ਤਾਂ ਇਸ ਕਰਕੇ ਪਾਏ ਨੇ। ਯਾਨੀ ਤੁਹਾਡੇ ਖਿਆਲ ਦੇ ਮੁਤਾਬਕ ਇਹਨਾਂ ਨੂੰ ਰੱਖਣਾ ਸੌਖਾ? ਸੌਖਾ। ਉਹਨਾਂ ਦੀ ਖੇਚਲ ਕੀ? ਉਹਨਾਂ ਦੀ ਖੇਚਲ ਹੈ ਵੀ ਉਹਨਾਂ ਨੇ ਥੱਲੇ ਤੇ ਚਿਕਨ ਨਹੀਂ ਰਹਿਣ ਦੇਣਾ ਤੇ 2-3 ਘੰਟਿਆਂ ਬਾਅਦ ਫਿਰ ਉਹਨੂੰ ਚੋਕਰ ਪਾਉਣਾ ਵੰਡਾ ਪਾਉਣਾ ਤੇ ਸੇਵਾ ਵੱਧ ਲੈਂਦੇ ਨੇ ਕਿ ਆ ਗਈ ਤੇ ਕੀ ਪਤਾ ਮੰਦਾ ਹੋ ਜਾਣਾ ਜਾਂ ਚੰਗਾ ਹੋ ਜਾਣਾ। ਇਹਨਾਂ ਦੀ ਵਿਕਰੀ ਠੀਕ ਹੈ ਇੱਧਰ? ਇੱਧਰ ਵਿਕਰੀ ਇਹਨਾਂ ਦੀ ਠੀਕ ਹੈ, ਕਸਾਈ ਲੈ ਜਾਂਦੇ ਨੇ 10-5 ਕਰਕੇ ਨਹੀਂ ਤੇ ਘੁੰਮਣ ਦੇ ਬਦਲ ਫੈਕਟਰੀ ਹੋ ਜਾਂਦੀ ਜਿਹੜੇ ਬਾਹਰ ਗੋਸ਼ਤ ਭੇਜਦੇ ਨੇ ਉਹ ਲੈ ਜਾਂਦੇ ਨੇ ਆ ਕੇ ਖਰੀਦ। ਠੀਕ ਹੋ ਗਿਆ। ਹਾਂਜੀ ਉਹ ਲੈ ਜਾਂਦੇ ਨੇ ਉਹ ਪੈਸੇ ਸਹੀ ਭਰ ਜਾਂਦੇ ਉਹ ਸਹੀ ਇਕੱਠਿਆਂ ਨੇ ਸਹੀ ਪੈਸੇ ਭਰਦੇ ਨੇ ਸਹੀ ਪੈਸੇ ਭਰਦੇ ਨੇ ਹਾਂ ਵਜ਼ਨ ਕਰਕੇ ਲੈਂਦੇ ਨੇ ਵਜ਼ਨ ਨਹੀਂ ਨਹੀਂ ਅਸਲੇ ਉਹ ਲੈ ਲੈਂਦੇ ਅੰਦਾਜ਼ੇ ਨਾਲ ਆਹ ਡੰਗਰ ਦਾ ਮੁੱਲ ਕਰਨਾ ਕੱਟੇ ਦਾ ਇੱਕ ਜਾਂ
ਤੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਸਾਰਿਆਂ ਨੇ ਫਿਰ ਉਹਨੇ ਅਮੀ ਜੋੜ ਲੈਣਾ ਵੀ ਇੰਨੇ ਪੈਸੇ ਇਹਨਾਂ ਦੇ ਬਣਦੇ ਨੇ, ਅਸੀਂ ਵੀ ਜੋੜ ਕੇ ਸੋਚ ਕੇ ਦੱਸਣਾ ਹੁੰਦਾ ਉਹਨਾਂ ਨੂੰ ਅਤੇ ਉਹ ਫਿਰ ਲੈ ਜਾਂਦੇ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ। ਅੱਲਾਹ ਤਾਲਾ ਜੀ ਤੁਹਾਡੇ ਕਾਰੋਬਾਰ 'ਚ ਬਰਕਤਾਂ ਨਾਲ ਫਰਮਾਏ। ਮਿਹਰਬਾਨੀ, ਖੁਦਾ ਹਾਫਿਜ਼।